ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਹੋਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਸਥਿਤ ਹੈ। ਆਪ ਜੀ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀ, ਜੋ ਕਿ ਸਿੱਖਾਂ ਦੇ 6ਵੇਂ ਗੁਰੂ ਰਹੇ ਹਨ। ਆਪ ਜੀ ਦਾ ਜਨਮ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਮ ਤੇਗ ਮੱਲ ਸੀ। ਆਪ ਸ਼ੁਰੂ ਤੋਂ ਹੀ ਇੱਕ ਹੋਣਹਾਰ ਬਾਲਕ ਸੀ। ਆਪ ਜੀ ਦੀ ਸਿੱਖਿਆ 5 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੱਲੋਂ ਸ਼ੁਰੂ ਕਰ ਦਿੱਤੀ ਗਈ। ਆਪ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿੱਖੀ। 1635 ਈਸਵੀ ਵਿੱਚ ਕਰਤਾਰਪੁਰ ਦੀ ਲੜਾਈ ਵੇਲੇ ਆਪ ਨੇ ਲੜਾਈ ਵਿੱਚ ਜੌਹਰ ਦਿਖਾਏ, ਜਿਸ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਦਾ ਨਾਮ ਤੇਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਜੀ ਰੱਖ ਦਿੱਤਾ। ਆਪ ਜੀ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਨਾਲ ਹੋਇਆ। ਆਪ ਜੀ ਦੇ ਪੁੱਤਰ ਦਾ ਨਾਂ ਆਪ ਜੀ ਦੇ ਘਰ ਇੱਕ ਪੁੱਤਰ ਹੋਇਆ, ਜਿਸ ਦਾ ਨਾਮ ਗੁਰੂ ਗੋਬਿੰਦ ਰਾਏ ਸੀ। ਉਹ ਸਿੱਖਾਂ ਦੇ 10ਵੇਂ ਗੁਰੂ ਬਣੇ। ਆਪ ਨੇ 20 ਸਾਲ ਬਕਾਲੇ ਵਿਖੇ ਬਿਤਾਏ। ਆਪ ਉਸ ਸਮੇਂ ਆਪ ਭੋਰੇ ਜਾਂ ਗੁਫਾ ਵਿੱਚ ਈਸ਼ਵਰ ਦਾ ਧਿਆਨ ਕਰਦੇ। 8 ਜੁਲਾਈ 1675 ਈਸਵੀ ਨੂੰ ਆਪ ਨੇ ਵਿਧੀ ਪੂਰਵਕ ਆਪਣੀ ਗੁਰਗੱਦੀ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਦੇ ਦਿੱਤੀ। 11 ਜੁਲਾਈ 1675 ਈਸਵੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਆਪ ਆਪਣੇ 3 ਸਾਥੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦਾਸ ਦੇ ਨਾਲ ਦਿੱਲੀ ਲਈ ਰਵਾਨਾ ਹੋ ਗਏ। ਆਪ ਜੀ ਨੂੰ ਔਰੰਗਜ਼ੇਬ ਵੱਲੋਂ ਕਾਫ਼ੀ ਸਾਰੇ ਤਸੀਹੇ ਦਿੱਤੇ ਗਏ ਅਤੇ ਮੁਸਲਿਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣਾ ਵਧੀਆ ਸਮਝਿਆ। ਆਪ ਜੀ ਨੇ ਗੱਲ ਆਪ ਜੀ ਦੇ ਸਾਖਾਂ ਸਾਹਮਣੇ ਆਪ ਜੀ ਦੇ 3 ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਨੇ ਗੱਲ ਵਿੱਚ ਇੱਕ ਕਾਗਜ਼ ਦਾ ਟੁਕੜਾ ਧਾਗੇ ਵਿੱਚ ਪਰੋ ਕੇ ਪਾਇਆ ਅਤੇ ਆਪ ਜੀ ਨੇ ਕਿਹਾ ਕਿ ਇਸ ਮੰਤਰ ਨਾਲ ਤਲਵਾਰ ਆਪ ਜੀ ਦਾ ਕੁਝ ਨਹੀਂ ਵਿਗਾੜ ਸਕਦੀ। ਇਸ ਦਾ ਨਿਰੀਖਣ ਕਰਨ ਲਈ ਜਲਾਲ ਨੇ ਆਪ ਜੀ ਦੀ ਤਲਵਾਰ ਦਾ ਵਾਰ ਆਪ ਜੀ ਦੀ ਗਰਦਨ 'ਤੇ ਕੀਤਾ। ਆਪ ਦਾ ਸਿਰ ਧੜ ਤੋਂ ਨਾਲੋਂ ਵੱਖ ਹੋ ਗਿਆ। ਕਾਗਜ਼ ਦੇ ਟੁਕੜੇ 'ਤੇ ਜੋ ਲਿਖਿਆ ਸੀ ਉਹ ਸੀ ਕਿ ਸਿਰ ਦੀਆ ਪਰ ਸਿਰਣ ਨਾ ਦੀਆ, ਅਰਥਾਤ ਆਪ ਨੇ ਆਪਣਾ ਸੀਸ ਕਟਾ ਲਿਆ ਪਰ ਆਪਣਾ ਭੇਦ ਨਾ ਦੱਸਿਆ। ਇਸ ਤਰ੍ਹਾਂ ਆਪ ਜੀ ਦੀ ਸ਼ਹੀਦੀ ਦੀ ਘਟਨਾ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਵਿਖੇ ਚਾਂਦਨੀ ਚੌਂਕ ਵਿੱਚ ਹੋਈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਸਥਿਤ ਹੈ। ਧੰਨਵਾਦ।